ਜ਼ਿਕਰ ਹੈ ਕਿ ICICI ਬੈਂਕ ਦੇ ਵਿੱਚ ਵੱਖ ਵੱਖ ਲੋਕਾਂ ਨੇ ਲੋਨ ਲਈ ਆਪਣਾ ਗੋਲਡ ਬੈਂਕ ਦੇ ਵਿੱਚ ਰੱਖਿਆ ਸੀ, ਪਰ ਬੈਂਕ ਦੇ ਹੀ ਮੁਲਾਜ਼ਮਾਂ ਦੀ ਮਿਲੀ ਭੁਗਤ ਦੇ ਚਲਦਿਆਂ ਕਰੀਬ 1.25 ਕਿਲੋ ਸੋਨਾ ਗਾਇਬ ਕੀਤਾ ਗਿਆ। ਪੁਲਿਸ ਦੇ ਮੁਤਾਬਿਕ ਇਹ ਮਾਮਲਾ ਮਾਰਚ ਮਹੀਨੇ ਦਾ ਹੈ, ਪਰ ਬੈਂਕ ਇਸ ਨੂੰ ਦਬਾ ਕੇ ਬੈਠਾ ਸੀ। ਫਿਰੋਜ਼ਪੁਰ ਤੋਂ ਪੱਤਰ ਮਸੂਲ ਹੋਇਆ ਜਿਹਦੇ ਵਿੱਚ ਉਹਨਾਂ ਨੇ ਦੱਸਿਆ ਸੀ ਕਿ ਕੁਝ ਜਿਹੜੇ ਬੈਂਕ ਦੇ ਵਿੱਚ ਲੋਕਾਂ ਨੇ ਗਹਿਣੇ ਰੱਖੇ ਹੋਏ, ਸੋਨੇ ਦੇ ਗੋਲਡ ਰੱਖਿਆ ਹੋਇਆ, ਉਹ ਕਰੀਬ 1.25 ਕਿਲੋ ਦੇ ਕਰੀਬ ਜਿਹੜਾ ਵਿੱਚ ਬੈਂਕ ਤੋਂ ਗਾਇਬ ਸੀਗਾ। ਜਦੋਂ ਉਹਨਾਂ ਨੇ ਪਹਿਲਾਂ 3/4/17 ਨੂੰ ਚੈਕਿੰਗ ਕੀਤੀ, ਆਪਦੀ ਵੀਕਲੀ ਚੈਕਿੰਗ ਕੀਤੀ ਆ, ਤਾਂ ਉਸ ਦਿਨ ਤਾਂ ਇਹ ਪੂਰਾ ਸੀਗਾ ਗੋਲਡ। ਉਸ ਤੋਂ ਬਾਅਦ ਫਿਰ ਇਹਨਾਂ ਨੇ 10/3/17 ਨੂੰ ਚੈਕਿੰਗ ਕੀਤੀ ਆਪਦੀ, ਅਤੇ ਉਹਦੇ ਵਿੱਚ ਉਹਨਾਂ ਨੇ ਦੱਸਿਆ ਵੀ 1.25 ਕਿਲੋ ਦੇ ਕਰੀਬ ਜਿਹੜਾ ਸੋ ਗੋਲਡ ਹੈਗਾ ਜਿਹੜਾ ਆ ਉਹ ਗਾਇਬ ਹੈਗਾ ਵਿੱਚੋਂ। ਉਹਦੇ ਆਧਾਰ ਤੇ ਜਿਹੜੀ ਸ਼ਿਕਾਇਤ ਆ ਉਹਦੇ ਆਧਾਰ ਤੇ FIR ਦਰਜ ਕਰ ਦਿੱਤੀ ਗਈ। 175 ਨੰਬਰ ਮੁਕਦਮਾ ਦਰਜ ਕਰ ਦਿੱਤਾ ਗਿਆ ਆ, ਜਿਹਦੇ ਵਿੱਚ ਜਿਹੜੇ ਵੀ ਦੋਸ਼ੀ ਆ ਉਹਨਾਂ ਦੀ ਗਹਿਰਾਈ ਦੇ ਵਿੱਚ ਤਫਤੀਸ਼ ਚੱਲ ਪਈ ਆ। ਜਿਹੜਾ ਵੀ ਦੋਸ਼ੀ ਸਾਹਮਣੇ ਆਇਆ ਉਹਨੂੰ ਬਖਸ਼ਿਆ ਨਹੀਂ ਜਾਊਗਾ। ਉਹਦੇ ਵਿੱਚ ਸਖ਼ਤ ਕਾਰਵਾਈ ਇਹ ਮੁੱਢਲੇ ਤੌਰ ਤੇ ਰੋਹਿਤ ਮੂੰਗਾ ਬੈਂਕ ਮੈਨੇਜਰ ਹੈਗਾ, ਉਹ ਤੇ ਬਾਕੀ ਹੋਰ ਜਿਹੜੇ ਨਾਮ ਨੂੰ ਬੈਂਕ ਦੇ ਕਰਮਚਾਰੀ ਆ ਜੋ ਵੀ ਤਫਤੀਸ਼ ਦੇ ਸਾਹਮਣੇ ਆਊਗੇ ਸਾਰਿਆਂ ਦੀ ਉਹਨਾਂ ਦੇ ਸਖ਼ਤ ਕਾਰਵਾਈ ਕੀਤੀ ਜਾਊਗੀ। ਗ੍ਰਿਫਤਾਰੀ ਨਹੀਂ, ਮੁੱਢਲੇ ਤੌਰ ਤੇ ਕੋਈ ਗ੍ਰਿਫਤਾਰੀ ਨਹੀਂ, ਹਜੇ ਕੱਲ 26 ਤਰੀਕ ਨੂੰ FIR ਦਰਜ। ਫਿਰੋਜ਼ਪੁਰ ਤੋਂ ਰਤਨ ਲਾਲ, ਚੈਨਲ 2।